ਪਰੌਂਠੇ ਖਾਵਾਂਗੇ ਉੱਥੇ ਤੁਹਾਡੇ ਕੋਲ ਆਣ ਕੇ। ਨਹੀਂ ਅਸੀਂ ਆਵਾਂਗੇ ਪੰਜਾਬ ਜਲਦੀ, ਨਹੀਂ ਅਸੀਂ ਆਵਾਂਗੇ ਪੰਜਾਬ ਜਲਦੀ, ਤੁਹਾਡੇ ਕੋਲ ਤੁਹਾਡੇ ਕੋਲ ਆਣ ਕੇ ਪਰੌਂਠੇ ਖਾਵਾਂਗੇ, ਪਰੌਂਠੇ ਖਾਵਾਂਗੇ। ਫਾਈਨਲੀ ਜਿਹੜੀ ਚੀਜ਼ ਦਾ ਇੰਤਜ਼ਾਰ ਸੀਗਾ ਪਹੁੰਚ ਹੀ ਚੁੱਕੇ ਆਪਾਂ, ਸਿੱਧੀ ਸੜਕ ਬਿਲਕੁਲ ਸਿੱਧੀ 40 ਕਿਲੋਮੀਟਰ 45 ਕਿਲੋਮੀਟਰ। ਆਪਣੇ ਪੰਜਾਬੀ ਨੱਚਣ ਦੇ ਦੇਖੋ, ਨੁਕਸਾਨ ਤੇ ਨੁਕਸਾਨ ਆਪਣੇ ਹੋਈ ਜਾਂਦੇ ਨੇ। ਮੈਨੂੰ ਲੱਗਦਾ ਕੈਰੀ ਵਾਲਾ ਭਾਰ ਪੈ ਗਿਆ ਇੱਥੇ ਤਾਂ ਕਰਕੇ ਲੈਟ ਦਾ ਟੁੱਟ ਗਿਆ ਕਵਰ, ਜੰਪ ਬੜਾ ਤਕੜਾ ਸੀਗਾ, ਜੰਪ ਕਰਕੇ ਵੱਜਿਆ ਥੱਲੇ, ਪਹਿਲਾਂ ਲੈਟ ਟੁੱਟ ਗਈ ਆ ਹੁਣ ਕੈਰੀਅਰ ਟੁੱਟ ਗਿਆ। ਇਹ ਟੁੱਟਾ ਉਦੋਂ ਹੀ ਆ ਦੇਖਿਆ ਹੁਣ ਮੈਂ, ਆਪਾਂ ਰੁਕੇ ਸੀਗੇ ਕਿਉਂਕਿ ਨਾ ਬ੍ਰਦਰ ਰਾਈਡਰ ਦੇ ਬਾਈਕ ਦੀ ਜਿਹੜੀ ਉਹ ਹੁੰਦੀ ਆ ਆਪਣੀ ਚੈਨ ਉਹਦਾ ਥੋੜੇ ਆਵਾਜ਼ ਕਰਨ ਲੱਗ ਪਈ ਸੀਗੀ ਅਤੇ ਕਾਫੀ ਦਿੱਕਤ ਆ ਰਹੀ ਸੀ ਉਹਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਠਾਕ ਜੀ, ਤੁਸੀਂ ਸੁਣਾਓ? ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸੋ ਸਤਿ ਸ਼੍ਰੀ ਅਕਾਲ ਜੀ, ਕੀ ਹੈ ਤੁਹਾਡਾ ਹਾਲ ਚਾਲ ਜੀ? ਵੈਲਕਮ ਬੈਕ ਟੂ ਅਵਰ ਚੈਨਲ ਗਾਇਜ਼, ਜਿਹਦਾ ਨਾਮ ਗਗਨ ਗੋਲਡੀ ਵਲੋਗਸ, ਐਂਡ ਹੋਪ ਕਰਦੇ ਸਾਰੇ ਜਣੇ ਠੀਕ ਠਾਕ ਹੋਵੋਗੇ। ਅੱਜ ਦਾ ਵਲੋਗ ਸ਼ੁਰੂ ਕਰਨ ਜਾ ਰਹੇ ਹਾਂ ਜੀ, ਅੱਜ ਹੈਗੀ ਆ 27 ਤਰੀਕ ਅਤੇ ਮੰਡੇ, ਅਤੇ ਆਪਾਂ ਪਹੁੰਚ ਚੁੱਕੇ ਹਾਂ ਲਾਮਾ ਯੂਰੋ, ਮੈਨੂੰ ਤਾਂ ਨਾਮ ਭੁੱਲ ਜਾਂਦਾ ਤਾ, ਲਾਮਾ ਯੂਰੋ ਪਹੁੰਚ ਚੁੱਕੇ ਸੀਗੇ ਅਤੇ ਰਾਤ ਇੱਥੇ ਸਟੇਅ ਕੀਤਾ ਸੀ ਅਤੇ ਹੁਣ ਆਪਾਂ ਜਾਣਾ ਅੱਗੇ ਲੇਹ ਨੂੰ ਨਿਕਲਣਾ ਹੈ ਅਤੇ ਪ੍ਰਸ਼ਾਦਾ ਪਾਣੀ ਛਕ ਲਿਆ ਆਪਾਂ, ਅਤੇ ਆਪਾਂ ਫਟਾਫਟ ਹੁਣ ਨਿਕਲਣ ਲੱਗੇ, ਬੈਗ ਪੈਕਿੰਗ ਕਰ ਲਈ ਆ ਅਤੇ ਬਸ ਬੈਗ ਬੰਨਣੇ, ਉਸ ਤੋਂ ਬਾਅਦ ਤੁਰਨਾ ਵਾ। ਅਤੇ ਗੋਲਡੀ ਥੋੜ੍ਹੀ ਰਾਤ ਦੀ ਢਿੱਲੀ ਹੋ ਗਈ ਸੀਗੀ ਕਿਉਂਕਿ ਆਕਸੀਜਨ ਲੈਵਲ ਇੱਥੇ ਥੋੜ੍ਹਾ ਘੱਟ ਵਾ, ਬਾਕੀ ਆਪਾਂ ਦਵਾਈ ਦਵੂਈ ਦੇ ਦਿੱਤੀ, ਆਕਸੀਜਨ ਸਿਲੰਡਰ ਸੀਗਾ ਆਪਣੇ ਕੋਲ, ਉਹਦੇ ਨਾਲ ਆਪਾਂ ਵਧੀਆ, ਚਲੋ ਰਾਤ ਨਿਕਲ ਗਈ। ਬਟ ਹੁਣ ਆਪਾਂ ਥੋੜ੍ਹੇ ਲੇਟ ਹੋ ਚੁੱਕੇ ਹਾਂ, 10:48 ਹੋ ਗਏ ਆ ਅਤੇ ਉਹ ਕੁਛ ਆਪਣਾ 100 ਅਤੇ 150 ਅਤੇ ਸਮਥਿੰਗ ਹੈਗਾ ਵਾ ਲੇ ਇੱਥੋਂ ਦੀ, ਅਤੇ ਜਾਂਦੇ ਜਾਂਦੇ ਜੀ 4-5 ਘੰਟੇ ਲੱਗ ਜਾਣੇ ਆ। ਬਾਕੀ ਹਾਂਜੀ ਪਰਮਿਟ ਕਹਿੰਦੇ ਵੀ ਪਰਮਿਟ ਬਣਾਉਣਾ ਪੈਂਦਾ ਵਾ ਉੱਥੋਂ ਲਈ, ਅਤੇ ਅਸੀਂ ਇੱਥੇ ਹੋਟਲ ਵਾਲਿਆਂ ਨੂੰ ਪੁੱਛਿਆ ਸੀਗਾ, ਉਹ ਕਹਿੰਦੇ ਵੀ ਲੇਹ ਲਈ ਨਹੀਂ ਬਣਾਉਣਾ ਪੈਂਦਾ, ਅਗਰ ਤੁਸੀਂ ਖਾਰਦੁੰਗਲਾ ਜਾਣਾ ਅੱਗੇ ਤਾਂ ਉਹਦੇ ਲਈ ਤੁਹਾਨੂੰ ਪਰਮਿਟ ਬਣਾਉਣਾ ਪਊਗਾ, ਅਤੇ ਉਹਦਾ ਪਰਮਿਟ ਦੇਖਦੇ ਹਾਂ, ਔਨਲਾਈਨ ਵੀ ਬਣਦਾ ਵਾ, ਔਨਲਾਈਨ ਦੇਖਦੇ ਪਏ ਹਾਂ ਡੈਸਟੀਨੇਸ਼ਨ ਦੇਖ ਕੇ, ਅਤੇ ਆਪਾਂ ਪਰਮਿਟ ਬਣਵਾ ਲਾਂਗੇ। ਪਰ ਪਰਸਨ ਕੁਛ 500+ ਜਾ ਰਿਹਾ ਵਾ, ਬਾਕੀ ਤੁਹਾਨੂੰ ਦੱਸ ਦੇਵਾਂਗੇ ਜਿੰਨਾ ਵੀ ਹੋਇਆ। ਇੱਥੇ ਪਹਾੜ ਵੀ ਵੱਖਰੇ ਵੱਖਰੇ ਆ ਨਾ, ਕੋਈ ਮਿੱਟੀ ਹੋਰ ਆ, ਉੱਪਰ ਵਾਲੀ ਮਿੱਟੀ ਹੋਰ ਆ, ਉਹ ਵਾਲੇ ਪਹਾੜ ਤੋਂ ਕਿੰਨੇ ਵੱਖਰੇ ਆ, ਮਿੱਟੀ ਕਾਲੀ ਜੀ ਆ, ਆ ਵਾਲੀ ਹੋਰ ਆ। ਬਾਕੀ ਤੁਹਾਨੂੰ ਇੱਕ ਗੱਲ ਦੱਸਣੀ ਹੈ ਜੀ, ਅਸੀਂ ਪਿੱਛੇ ਬੋਰਡ ਦੇਖਿਆ ਸੀਗਾ, ਤੁਹਾਨੂੰ ਮੈਂ ਦੱਸਿਆ ਸੀ 150 ਕਿਲੋਮੀਟਰ ਆ ਇੱਥੋਂ ਲੇਹ, ਬਟ ਨਹੀਂ, ਇੱਥੋਂ 120 ਕਿਲੋਮੀਟਰ ਲੇਹ ਆ ਅਤੇ 182 ਕਿਲੋਮੀਟਰ ਹੈਗਾ ਖਾਰਦੁੰਗਲਾ। ਠੀਕ ਆ ਨਾ, ਹੈਂ ਚੱਕਰ ਇਹੀ ਹੁੰਦਾ ਵਾ ਕਿ ਆਪਾਂ ਰੁਕਦੇ ਹਾਂ ਨਾ ਜਦੋਂ ਉਦੋਂ ਆਕਸੀਜਨ ਲੈਵਲ ਥੋੜ੍ਹਾ ਘੱਟਦਾ ਵਾ, ਨਾਲੇ ਰਾਤ ਦਾ ਨਾ ਦਿਨ ਰਾਤ ਨੂੰ ਹੋਰ ਥੋੜ੍ਹਾ ਆਕਸੀਜਨ ਡਾਊਨ ਹੋ ਜਾਂਦਾ ਇੱਥੇ, ਕਿਉਂਕਿ ਇੱਥੇ ਹਰਿਆਲੀ ਘੱਟ ਵਾ, ਦਿਨੇ ਹਵਾ ਚੱਲਦੀ ਰਹਿੰਦੀ। ਹੁਣ ਸਾਹ ਮੈਨੂੰ ਵੀ ਚੜ੍ਹਿਆ ਵੈਸੇ, ਬਟ ਉਹ ਦਿੱਕਤ ਨਹੀਂ ਹੈਗੀ ਵੀ ਆਪਾਂ ਮਤਲਬ ਤੁਰ ਫਿਰ ਨਹੀਂ ਸਕਦੇ ਜਿੱਦਾਂ ਵੀ, ਅਤੇ ਆਪਾਂ ਰੁਕੇ ਸੀਗੇ ਕਿਉਂਕਿ ਨਾ ਬ੍ਰਦਰ ਰਾਈਡਰ ਦੇ ਬਾਈਕ ਦੀ ਜਿਹੜੀ ਉਹ ਹੁੰਦੀ ਆ ਆਪਣੀ ਚੈਨ ਉਹਦਾ ਥੋੜ੍ਹੇ ਆਵਾਜ਼ ਕਰਨ ਲੱਗ ਪਈ ਸੀਗੀ ਅਤੇ ਕਾਫੀ ਦਿੱਕਤ ਆ ਰਹੀ ਸੀ ਉਹਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਠਾਕ ਜੀ, ਤੁਸੀਂ ਸੁਣਾਓ?
ਲੁਧਿਆਣੇ ਤੋਂ ਜੀ? ਤੁਸੀਂ? ਉਧਮਪੁਰ ਤੋਂ ਜੀ? ਠੀਕ ਹੈ, ਲੈ ਜਾ ਰਹੇ ਹੋ? ਠੀਕ ਹੈ ਜੀ, ਹਾਂਜੀ ਬਸ ਹਾਂਜੀ ਜਾਵਾਂਗੇ ਉੱਥੇ। ਜੰਮੂ ਕਸ਼ਮੀਰ ਦੀ ਗੱਡੀ ਆਈ ਸੀਗੀ ਜੀ, ਉਹ ਮਿਲੇ ਸੀਗੇ ਸਰਦਾਰ ਬੰਦੇ ਸੀਗੇ ਆਪਣੇ ਗੁਰਭਾਈ, ਅਤੇ ਫਤਿਹ ਬੁਲਾਈ ਉਹਨਾਂ ਨੇ, ਪੁੱਛ ਰਹੇ ਪਏ ਸੀ ਕਿੱਥੇ ਜਾਣਾ ਅੱਗੇ, ਅਤੇ ਅਸੀਂ ਜਦ ਦੱਸਿਆ ਵੀ ਲੈ ਜਾਣਾ ਪੈਂਗੋਂਗ ਲੇਕ, ਸਾਰੇ ਘੁੰਮਾਂਗੇ। ਚਲੋ ਆਏ ਹੈਗੇ, ਇੱਕੋ ਵਾਰੀ ਆਉਣਾ ਤੁਹਾਨੂੰ ਪਤਾ, ਬਾਰ ਬਾਰ ਤਾਂ ਆਇਆ ਨਹੀਂ ਜਾਂਦਾ। ਥੋੜ੍ਹਾ ਬੈਟਰ ਲੱਗ ਰਿਹਾ ਨਾਲੇ ਨਾ, ਇੱਕ ਆਪਣਾ ਫਸਟ ਏਡ ਪ੍ਰੋਪਰ ਮੈਡੀਸਿਨ ਨਾਲ ਲੈ ਕੇ ਆਉਣੀ ਆ ਜਿੰਨੇ ਵੀ ਆਉਣਾ ਵਾ, ਕਿਉਂਕਿ ਆਕਸੀਜਨ ਮੋਸਟਲੀ ਬੰਦਾ ਨੂੰ ਆਕਸੀਜਨ ਹੋ ਜਾਂਦੀ ਆ। ਉਹਦਾ ਭਾਵੇਂ ਕੋਈ ਮੈਡੀਸਿਨ ਖਾਂਦਾ ਨਹੀਂ ਖਾਂਦਾ, ਮੈਂ ਵੀ ਜ਼ਿਆਦਾ ਮੈਡੀਸਿਨ ਨਹੀਂ ਖਾਂਦੀ, ਅੱਜ ਮੈਂ ਖਾਂਦੀ ਹਾਂ ਮੈਡੀਸਿਨ, ਤਾਂ ਮੈਨੂੰ ਥੋੜ੍ਹਾ ਸਹੀ ਲੱਗ ਰਿਹਾ ਕਿ ਚਲੋ ਸਫ਼ਰ ਕਰਨਾ ਜਦੋਂ ਪੈਂਦਾ ਵਾ ਨਾ ਉਦੋਂ ਮੈਡੀਸਿਨ ਖਾਣੀ ਹੀ ਪੈਂਦੀ ਆ, ਇਸ ਕਰਕੇ ਆਪਣਾ ਫਸਟ ਏਡ ਵਗੈਰਾ ਕਿੱਟ ਸਾਰੇ ਹੀ ਪ੍ਰੋਪਰ ਤਿਆਰ ਕਰਕੇ ਨਾਲ ਲੈ ਕੇ ਆਇਓ। ਫਸਟਲੀ ਜਦੋਂ ਤਾਂ ਤੁਸੀਂ ਬਾਈਕਸ ਵਗੈਰਾ 'ਤੇ ਆਉਂਗੇ ਨਾ, ਮੂਲਸ ਵਗੈਰਾ 'ਤੇ, ਤਾਂ ਇੰਨਾ ਸਮਾਨ ਆਪਣਾ ਨਾਲ ਨਾ ਲੈ ਕੇ ਆਇਓ। ਅਸੀਂ ਬਹੁਤ ਜ਼ਿਆਦਾ ਸਮਾਨ ਲੈ ਕੇ ਆਏ ਹਾਂ, ਅਤੇ ਗਗਨ ਨੂੰ ਦਿੱਕਤ ਆ ਰਹੀ ਹੈ ਕਿ ਬੰਨਣਾ ਪੈਂਦਾ ਖੋਲ੍ਹਣਾ ਪੈਂਦਾ ਵਾ ਦੁਆਰਾ ਦੁਆਰਾ, ਤਾਂ ਕਰਕੇ ਕਿ ਉਹਦੇ ਵਿੱਚ ਸਾਡਾ ਟਾਈਮ ਵੇਸਟ ਜਾ ਰਿਹਾ ਵਾ, ਬਹੁਤ ਜ਼ਿਆਦਾ ਘੰਟਾ ਤਾਂ ਲੱਗ ਹੀ ਜਾਂਦਾ ਵਾ, ਪੌਣਾ ਘੰਟਾ ਕਿ ਬੰਨੋ ਖੋਲ੍ਹੋ ਫਿਰ ਜਿੱਥੇ ਜਾਓ ਉੱਥੇ ਜਾ ਕੇ ਫਿਰ ਖੋਲ੍ਹੋ, ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ। ਬਾਕੀ ਬੈਸਟ ਸਿੰਗ ਇਹੀ ਆ ਵੀ ਜੇ ਤੁਸੀਂ ਬਾਈਕ 'ਤੇ ਆਉਣਾ ਵਾ, ਸਮਾਨ ਘੱਟ ਤੋਂ ਘੱਟ ਲਿਆਓ, ਜੇ ਲਿਆਉਣਾ ਵੀ ਆ ਅਤੇ ਬੈਗ ਨਾ ਲੈ ਕੇ ਆਓ, ਪੈਨੀਅਰ ਬਣਵਾ ਲਓ, ਬਕਸੇ ਹੁੰਦੇ ਨਾ ਉਹ, ਬਕਸੇ 'ਚ ਛੇਤੀ ਸਮਾਨ ਪੈ ਜਾਂਦਾ, ਪੈਕ ਹੋ ਜਾਂਦਾ, ਬਕਸੇ ਛੇਤੀ ਰੱਖ ਵੀ ਸਕਦੇ, ਬਕਸੇ ਬੰਦ ਹੋ ਜਾਂਦੇ, ਉਹਨਾਂ ਨੂੰ ਖੋਲ੍ਹੋ, ਸਮਾਨ ਸੁੱਟੋ, ਪੈਕ ਕਰੋ ਅਤੇ ਚਲੋ ਜੀ। ਸੋਨਮਾਰਗ ਰੁਕੇ ਸੀਗੇ, ਸੋਨਮਾਰਗ ਕਮਰੇ ਦਾ ਕਿਰਾਇਆ ਵੀ ਥੋੜ੍ਹਾ ਜ਼ਿਆਦਾ ਸੀਗਾ, ਇੱਥੇ ਮਕਾਨ ਵੀ ਕੰਸਟਰਕਸ਼ਨ ਕਿਤੇ ਵੀ ਨਹੀਂ ਹੈਗੀ ਆ, ਦੇਖੋ ਕੱਚੇ ਘਰ ਵਾ, ਜਿਹੜੇ ਹੋਟਲ ਨੇ ਇੱਥੇ ਗੈਸਟ ਹਾਊਸ ਬਣੇ ਹੋਏ ਆ ਉਹ ਵੀ ਕੱਚੇ ਹੀ ਬਣੇ ਹੋਏ ਆ ਸਾਰੇ, ਮਤਲਬ ਕਿ ਉਹਨਾਂ ਨੇ ਮਿੱਟੀ ਦੇ ਬਣੇ ਹੋਏ ਆ, ਉੱਪਰ ਉਹਨਾਂ ਨੇ ਪੇਂਟ ਮਾਰਿਆ ਹੋਇਆ ਵਾ ਪ੍ਰੋਪਰ, ਅਤੇ ਲੱਕੜ ਦੀਆਂ ਛੱਤਾਂ ਵਾ ਬਾਲੇ ਨਾਲ ਟਿੱਕੀਆਂ ਹੋਈਆਂ ਵਾ, ਅਤੇ ਕੁਛ 800-900 ਰੁਪਏ ਦੇ ਤਕਰੀਬਨ ਆਪਾਂ ਨੂੰ ਕਮਰਾ ਇੱਥੇ ਮਿਲ ਜਾਂਦਾ ਵਾ, ਅਤੇ ਬਾਕੀ ਜੇ ਤੁਸੀਂ ਕੋਈ ਵੀ ਆਉਣਾ ਚਾਹੋ ਤਾਂ ਗੈਸਟ ਹਾਊਸ ਲਓ, ਉਹ ਸਭ ਤੋਂ ਵਧੀਆ ਗੱਲ ਆ, ਅਤੇ ਹੋਟਲ ਲਾਉਂਗੇ ਤਾਂ ਉਹ ਥੋੜ੍ਹਾ ਮਹਿੰਗਾ ਪੈਂਦਾ ਵਾ, ਗੈਸਟ ਹਾਊਸ ਥੋੜ੍ਹਾ ਸਸਤਾ ਪੈ ਜਾਂਦਾ ਵਾ, ਚੀਜ਼ ਇੱਕੋ ਜਿਹੀ ਹੁੰਦੀ ਆ, ਖਾਣਾ ਪਾਣੀ ਤਾਂ ਥੋੜ੍ਹਾ ਤਾਂ ਚਲੋ ਮਹਿੰਗਾ ਹੈਗਾ, ਉੱਥੇ ਹੋਣਾ ਵੀ ਇੱਥੋਂ ਦੂਰੋਂ ਲੈ ਕੇ ਆਉਂਦੇ ਨਾ ਅਗਲੇ, ਕਰਕੇ ਪਤਾ ਚੱਲਦਾ ਵਾ ਕੀ ਆਪਣੇ ਨਾਲ ਵਾਪਰ ਰਿਹਾ ਵਾ, ਉਦੋਂ ਹੀ ਸਭ ਨੂੰ ਪਤਾ ਲੱਗਦਾ ਕਿ ਕਿਵੇਂ ਆਪਾਂ ਕੀ ਕਹਿੰਦੇ ਸਰਵਾਈਵ ਕਰਨਾ ਵਾ। ਬਾਕੀ ਨਜ਼ਾਰਾ ਪੂਰਾ ਵਾ ਜੀ, ਇਹ ਨਹੀਂ ਹੈਗਾ ਵੀ ਆਪਾਂ ਆ ਗਏ ਯਾਰ ਕਿੱਥੇ ਆ ਗਏ ਕਿੱਦਾਂ, ਹਨਾ, ਬਾਕੀ ਨਜ਼ਾਰਾ ਪੂਰਾ ਵਾ, ਇੱਦਾਂ ਦਾ ਵਿਊ ਕਿਤੇ ਦੇਖਣ ਨੂੰ ਮਿਲਣਾ ਹੀ ਨਹੀਂ ਆ, ਤੁਸੀਂ ਚੈੱਕ ਕਰ ਲਓ, ਚਾਹੇ ਇੱਦਾਂ ਦੀਆਂ ਸੀਨਰੀਆਂ ਕਿਤੇ ਨਹੀਂ ਮਿਲਣੀਆਂ ਦੇਖਣ ਨੂੰ। ਨਹੀਂ ਵੈਸੇ ਇੱਦਾਂ ਤਾਂ ਲੱਗਦਾ ਹੀ ਆ, ਇੱਦਾਂ ਪਤਾ ਨਹੀਂ ਕਿੱਥੇ ਆ ਗਏ, ਇੰਨੀ ਦੂਰ ਦੁਨੀਆ 'ਚ ਇੱਥੇ ਕੋਈ ਵੱਸਦਾ ਹੀ ਨਹੀਂ, ਮਤਲਬ ਮੋਸਟਲੀ ਸਾਰੇ ਕੱਚੇ ਹੀ ਆ, ਕੁਛ ਵੀ ਹੈ ਨਹੀਂ ਇੱਥੇ, ਘਰ ਤਾਂ 1% ਵੀ ਨਹੀਂ ਬਣੇ ਹੋਏ, ਬਸ ਇਹ ਹੋਟਲ ਵਗੈਰਾ ਹੀ ਆ, ਜੇ ਕੋਈ ਆਉਣਾ ਜਾਵੇ ਤਾਂ ਉੱਥੇ ਆ ਕੇ ਰਹਿ ਸਕਦਾ ਵਾ, ਬਾਕੀ ਘਰ ਘੁਰ ਤਾਂ ਇੰਨੇ ਹੈਗੇ। ਅਤੇ ਵਿਲੇਜ 'ਚ ਵੀ ਕੋਈ ਗਿਣਤੀ ਦੇ 20 ਘਰ ਹੋਣੇ ਆ, ਅਤੇ 20 ਘਰਾਂ 'ਚੋਂ 10 ਨੂੰ ਤਾਂ ਤਾਲੇ ਲੱਗਾ ਆ, ਤੇ 10 ਬਾਕੀ ਕੁਛ ਕੰਸਟਰਕਸ਼ਨ ਬਣਦੀ ਪਈ ਆ ਹਜੇ, ਆਉਣ ਵਾਲੇ ਸਮੇਂ 'ਚ ਕੀ ਪਤਾ ਥੋੜ੍ਹਾ ਹੋਰ ਡਿਵੈਲਪ ਹੋ ਜਾਵੇ ਹਨਾ। ਏਰੀਆ ਵਾ ਸਾਰੇ ਪਾਸੇ, ਹੁਣੇ ਅਸੀਂ ਲੰਘਦੇ ਪਏ ਸੀ, ਕਿੰਨੇ ਸਾਰੇ ਟਰੱਕ ਗਏ ਇੱਧਰੋਂ ਮਿਲਟਰੀ ਦੇ, ਅਤੇ ਮਤਲਬ 50+ ਟਰੱਕ ਗਏ ਹੋਣੇ, ਕਿਉਂਕਿ ਇੱਧਰ ਬਾਰਡਰ ਏਰੀਆ ਜ਼ਿਆਦਾ ਨਾ, ਬਾਰਡਰ ਏਰੀਆ ਹੋਣ ਕਰਕੇ ਜਾਂ ਦੇਖੋ ਤੁਹਾਨੂੰ ਦਿਖਾਉਂਦੇ ਹਾਂ, ਉੱਥੇ ਅਸੀਂ ਬਾਈਕ ਲਾਈ ਆ ਜਿੱਥੇ ਉਹਦੇ ਉੱਪਰ ਹੀ ਬੰਕਰ ਬਣਿਆ ਹੋਇਆ ਉਹਦਾ ਫੌਜੀਆਂ ਦਾ। ਜਿਹੜੇ ਪੱਥਰ ਮਿੱਟੀ ਹੈਗੀ ਉਹ ਸਾਰੀ ਆ ਯੈਲੋ ਲਾਈਨ ਤੋਂ ਪਾਰ ਪਾਰ ਆ, ਬਾਕੀ ਵਿਊ ਜਿੱਧਰੋਂ ਮਰਜ਼ੀ ਲੈ ਲਓ, ਸੀਨਰੀ ਤੁਸੀਂ ਜਿੱਧਰੋਂ ਮਰਜ਼ੀ ਮੈਂ ਫੋਟੋ ਖਿੱਚ ਲਓ, ਪ੍ਰੋਪਰ ਸੀਨਰੀ ਨਿਕਲ ਕੇ ਆਪਣੀ। ਨੁਰਲਾ ਰਹਿ ਗਿਆ ਇੱਥੋਂ 4 ਕਿਲੋਮੀਟਰ, ਲੇਹ ਰਹਿ ਗਿਆ ਇੱਥੋਂ 87 ਕਿਲੋਮੀਟਰ, ਉਹੀ 2 ਘੰਟੇ ਆਪਾਂ ਲੱਗ ਜਾਣੇ ਫਿਰ ਵੀ ਖਿੱਚਦੇ ਖਿੱਚਦੇ। ਪ੍ਰੋਪਰ ਸੜਕ ਸਾਰੀ ਬਣੀ ਹੋਈ ਕਾਰਗਿਲ ਤੋਂ, ਸਾਰੀ ਸੜਕ ਇੱਦਾਂ ਦੀ ਆ, ਕਿਤੇ ਕੋਈ ਖੱਡਾ ਨਹੀਂ ਆ, ਕੋਈ ਕੁਛ ਨਹੀਂ, ਕੋਈ ਪੱਥਰ ਨਹੀਂ ਆਉਂਦਾ ਵਿੱਚ,
ਬਾਕੀ ਜਿਹੜੇ ਇੱਥੋਂ ਦੇ ਪਹਾੜ ਨੇ ਉਹਨਾਂ ਦੀ ਲੈਂਡਸਲਾਈਡ ਜ਼ਿਆਦਾ ਹੁੰਦੀ ਆ, ਬਟ ਉਹਦੀ ਫੌਜੀ ਵੀਰ ਸਾਡੇ ਜਿਹੜੇ ਉਹ ਫਟਾਫਟ ਆਪਣਾ ਕੰਮ ਸੇਵਾ ਕਰਦੇ ਨੇ, ਜਿੱਦਾਂ ਡਿਊਟੀ ਨਿਭਾਉਂਦੇ ਨੇ ਅਤੇ ਕਲੀਅਰ ਕਰ ਦਿੰਦੇ ਨੇ ਰਸਤਾ। ਇੱਥੇ ਘਰ ਘੱਟ ਨੇ, ਕੈਂਪ ਜ਼ਿਆਦਾ ਨੇ, ਫੌਜੀ ਵੀਰਾਂ ਦੇ ਕੈਂਪ ਬਹੁਤ ਜ਼ਿਆਦਾ ਨੇ ਇੱਥੇ, ਕਿਉਂਕਿ ਬਾਰਡਰ ਏਰੀਆ ਪੈਂਦਾ ਸਾਰਾ ਹੀ। ਨੁਕਸਾਨ ਤੇ ਨੁਕਸਾਨ ਆਪਣੇ ਹੋਈ ਜਾਂਦੇ ਨੇ। ਮੈਨੂੰ ਲੱਗਦਾ ਕੈਰੀ ਵਾਲਾ ਭਾਰ ਪੈ ਗਿਆ ਇੱਥੇ, ਤਾਂ ਕਰਕੇ ਲੈਟ ਦਾ ਟੁੱਟ ਗਿਆ ਕਵਰ। ਉਹਨੇ ਜੰਪ ਬੜਾ ਤਗੜਾ ਸੀਗਾ, ਜੰਪ ਕਰਕੇ ਵੱਜਿਆ ਥੱਲੇ, ਜੰਪ ਆਇਆ ਸੀਗਾ, ਜੰਪ ਕਰਕੇ ਆ ਕੈਰੀਅਰ ਲੱਗਾ ਥੱਲੇ, ਹਜੇ ਵੀ ਲੱਗਾ ਆ ਨਾਲ, ਇਸ ਕਰਕੇ ਲੈਟ ਦਾ ਥੋੜ੍ਹਾ ਸਿਸਟਮ ਟੁੱਟ ਗਿਆ ਹੈ। ਚਲੋ ਕੋਈ ਨਹੀਂ, ਲੈਟ ਤਾਂ ਹੈਗੀ, ਜਗਦੀ ਰਹੂਗੀ, ਬਾਕੀ ਖੈਰ ਆ ਹੁਣ, ਇਹ ਤਾਂ ਲੱਗਣੀ ਨਹੀਂ ਵੈਸੇ ਵੀ। ਅਤੇ ਆਪਾਂ ਸਸਪੋਲ ਤੋਂ ਅੱਗੇ ਹਾਂ ਜੀ, ਇਸ ਤੋਂ ਬਾਅਦ ਨਿੰਮੂ ਪਿੰਡ ਆਉਣਾ, ਨਿੰਮੂ ਕੁਛ 22-23 ਕਿਲੋਮੀਟਰ 'ਤੇ ਆ, ਤੁਰੇ ਜਾਂਦੇ ਹਾਂ, ਵੈਸੇ ਰੁਕਣਾ ਨਹੀਂ ਸੀਗਾ ਬਟ ਹੁਣ ਰੋਕ ਲਿਆ, ਰੱਬ ਕਹਿੰਦਾ ਥੋੜ੍ਹੀ ਦੇਰ ਰੁਕ ਜਾਓ। ਚਾਹੀਦੀ ਤਾਂ ਨਹੀਂ ਹੁਣ ਆਪਾਂ ਨੂੰ, ਨਹੀਂ ਸੁੱਟਦੀ ਇਹਨੂੰ, ਇਹ ਲੱਗਣੀ ਨਹੀਂ ਹੁਣ, ਟੁੱਟ ਗਈ ਇਹਨਾਂ ਦੇ, ਲੱਗਣੀਆਂ ਹੀ ਨਹੀਂ ਆ, ਦੇਖ ਲੋਕ ਟੁੱਟੇ ਨਾ, ਲੋਕ ਹੀ ਟੁੱਟ ਗਏ, ਉਹ ਮਿਲ ਜਾਣੀ ਉੱਥੋਂ 50% ਤੇ, ਅੱਗੋਂ ਲਵਾ ਲਾਂਗੇ ਆਪਾਂ। ਪਹਿਲਾਂ ਲੈਟ ਟੁੱਟ ਗਈ ਆ, ਹੁਣ ਕੈਰੀਅਰ ਟੁੱਟ ਗਿਆ, ਇਹ ਟੁੱਟਾ ਉਦੋਂ ਹੀ ਆ ਦੇਖਿਆ ਹੁਣ ਮੈਂ, ਇਹ ਟਾਈਆਂ ਡੋਲਦਾ ਪਿਆ, ਮੈਂ ਕਹਿ ਰਿਹਾ ਮੈਂ ਡੋਲਦਾ ਪਿਆ, ਡੋਲਦਾ ਕਿਉਂ ਪਿਆ ਵਾ, ਇੱਧਰੋਂ ਬਚਾ ਵਾ, ਹਾਂ ਇੱਧਰ ਵਾਲਾ ਸਹੀ ਆ, ਦੇਖੋ ਅੱਗੋਂ ਵੈਲਡਿੰਗ ਕਰਾਉਣਾ ਪੈਣਾ ਆਪਾਂ ਨੂੰ, ਹੁਣ ਤਾਂ ਚੱਲ ਜੂਗਾ ਇੱਦਾਂ ਹੀ, ਟੇਪ ਹੈਗੀ ਕੱਪੜਿਆਂ ਦੇ ਮਜ਼ਬੂਤ ਆ ਉਹ, ਨਹੀਂ ਨਹੀਂ ਇੱਥੇ ਰੱਸੀ ਪਾ, ਇਹਨੂੰ ਤੈਨੂੰ ਪਾ ਰੱਸੀ, ਜਲਦੀ ਕਰ ਰੱਸੀ ਪਾ ਕੇ ਬੰਨਣਾ ਪੈਣਾ ਇਹਨੂੰ ਪਾ, ਹਾਂ ਨੁਕਸਾਨ ਹੋ ਰਿਹਾ ਯਾਰ, ਕੀ ਗੱਲ, ਚਲੋ ਕੋਈ ਗੱਲ ਨਹੀਂ, ਜੋ ਮਾਰਾ ਇਹਨੂੰ ਮਨਜ਼ੂਰ, ਕੀ ਪਤਾ ਕੋਈ ਚੰਗੀ ਹੋ ਰਿਹਾ ਹੋਵੇ ਯਾਰ, ਹਨਾ ਮਾਰਾ ਕੀ ਪਤਾ ਖੜਾਉਣਾ ਚਾਹੁੰਦੇ ਹੁਣ, ਸਹੀ ਗੱਲ ਆ, ਫਿਰ ਨਵਾਂ ਦੇਣਾ ਚਾਹੁੰਦੇ ਹੁਣ ਬੁਲਟ, ਫਿਰ ਬੋਲ ਕੀ ਨਵਾਂ ਬੁਲਟ ਮਿਲ ਜੇ, ਫਿਰ ਅੱਗੋਂ ਕੋਈ ਕਵੇ ਆ ਚੱਲ ਟੁੱਟ ਗਿਆ ਕੋਈ ਨਾ ਨਵਾਂ ਲੈ ਜਾ, ਕਿੱਥੋਂ ਨਵਾਂ ਮਿਲਣਾ ਹੈ, ਲਦਾਖ ਤੋਂ ਹੀ, ਲਦਾਖ, ਚਲੋ ਕਰੋ ਇਹਨੂੰ ਸ਼ਾਮੇ ਯਾਰ, ਆਹੀ ਬਣਦਾ ਫਾਈਨਲੀ, ਜਿਹੜੀ ਚੀਜ਼ ਦਾ ਇੰਤਜ਼ਾਰ ਸੀਗਾ ਪਹੁੰਚ ਹੀ ਚੁੱਕੇ ਆਪਾਂ, ਸਿੱਧੀ ਸੜਕ ਬਿਲਕੁਲ ਸਿੱਧੀ, 40 ਕਿਲੋਮੀਟਰ 45 ਕਿਲੋਮੀਟਰ, ਆਪਣੇ ਪੰਜਾਬੀ ਨੂੰ ਚੰਦੇ ਦੇਖੋ, ਤੇ ਆਸੇ ਪਾਸੇ ਦੇਖੋ ਗਰਾਊਂਡ ਕਿੰਨਾ ਸੋਹਣਾ ਵਾ, ਪਹਾੜੀਆਂ ਕਿੰਨੀਆਂ ਦੂਰ ਨੇ, ਇਹ ਸੜਕ ਬਿਲਕੁਲ ਸਿੱਧੀ ਹੈ, ਇਸ ਤੋਂ ਬਾਅਦ ਮੈਗਨੈਟਿਕ ਹਿੱਲ ਲਾਉਣੇ ਆ ਜਿੱਥੇ ਕਿ ਗੱਡੀ ਆਪੇ ਖਿੱਚੀਆਂ ਜਾਂਦੀਆਂ ਅੱਗੇ ਨੂੰ, ਬਾਕੀ ਇਹ ਵਿਊ ਅੱਖੀ ਦੇਖਿਆ ਹੀ ਪਤਾ ਲੱਗਦਾ ਵਾ, ਕਿਤੇ ਨਹੀਂ ਇਹ ਵਿਊ ਮਿਲਦਾ, ਲਦਾਖ ਤੋਂ ਇਲਾਵਾ ਕਿਤੇ ਨਹੀਂ ਤੁਹਾਨੂੰ ਇਹ ਦੇਖਣ ਮਿਲਣਾ, ਇੱਡੀ ਸੋਹਣੀ ਸੜਕ ਹੈ, ਇੱਡਾ ਸੋਹਣਾ ਵਿਊ ਆ, ਰੂਹ ਖੁਸ਼ ਹੋ ਜਾਂਦੀ ਬੰਦੇ ਦੀ, ਕਹਿੰਦਾ ਅਸੀਂ ਤਾਂ ਨਜ਼ਾਰਾ ਲੈ ਲੱਗੇ ਹਾਂ, ਤੁਹਾਨੂੰ ਮਿਲਦੇ ਹਾਂ ਗੁਰਦੁਆਰੇ ਦੇ ਜਾ ਕੇ। ਸੋ ਆਪਾਂ ਪਹੁੰਚੇ ਸੀ ਨਿੰਮੂ ਵਿਲੇਜ, ਅਤੇ ਇੱਥੇ ਆ ਕੇ ਮੈਂ ਕਿਹਾ ਚਲੋ ਪੈਟਰੋਲ ਪੰਪ ਮਿਲਿਆ ਸੀਗਾ, ਸੋਚਿਆ ਟੈਂਕੀ ਫੁੱਲ ਕਰਾ ਲੈਂਦੇ ਹਾਂ, ਅਤੇ 770 ਦਾ ਪਿਆ, ਬਟ ਇੱਥੇ ਟੈਂਕ ਇੱਥੇ ਤੇਲ ਹੋਰ ਮਹਿੰਗਾ ਵਾ, 102.43 ਰੁਪਏ ਦਾ, ਅਤੇ ਚਲੋ ਫਿਰ ਵੀ ਆਪਾਂ ਟੈਂਕੀ ਫੁੱਲ ਕਰਾ ਲਈ ਆ, ਕਿਉਂਕਿ ਪਿਛਲੀ ਵਾਰ ਆਪਾਂ ਨੂੰ ਦਿੱਕਤ ਆਈ ਸੀਗੀ, ਤੇਲ ਮੁੱਕ ਗਿਆ ਸੀ ਵਿੱਚ ਹੀ, ਹੁਣ ਆਪਾਂ ਟੈਂਕੀ ਜਿੱਥੇ ਆਪਾਂ ਨੂੰ ਮਿਲਿਆ ਪੰਪ, ਆਪਾਂ ਟੈਂਕੀ ਫੁੱਲ ਕਰਾ ਲਿਆ ਕਰਨੀ, ਇੱਥੇ ਇੱਥੇ ਨਿਊਡਲਾਂ ਦਾ ਸੂਪ ਮਿਲਦੇ ਆ, ਇੱਥੇ ਜਿਵੇਂ ਆਪਣੇ ਕਹਿੰਦਾ ਵੀ ਆਪਾਂ ਕਿੱਥੇ ਖਾਂਦੇ ਆ, ਮੰਨ ਲਓ ਪਾਣੀ ਫ੍ਰੀ ਮਿਲਦਾ ਨਾ, ਸੂਪ ਫ੍ਰੀ ਮਿਲਦਾ, ਹਨਾ ਟੇਸਟੀ ਆ, ਕਿਆ ਤੇ ਕਾਲਾ ਬਣਿਆ ਭਲਾ, ਚੰਡੀਗੜ੍ਹ ਦਾ ਜਿਵੇਂ ਢਾਬਾ ਨਹੀਂ, ਇੱਕ ਤੜਕਾ ਲਾਇਆ ਇਹਨਾਂ ਨੇ ਵਿੱਚ, ਉਹਦੇ ਇਹਨਾਂ ਨੇ ਹੁਣੇ ਮੋਮੋਸ ਮੰਗਾਏ ਸੀਗੇ, ਉਹਦੇ ਨਾਲ ਵੀ ਸੇਮ ਸੂਪ ਮਿਲਿਆ ਸੀਗਾ, ਮੈਂ ਕਿਹਾ ਸੂਪ ਸਾਰਿਆਂ ਨੇ ਮਿਲਦਾ, ਕਹਿੰਦੇ ਸਾਰਿਆਂ ਨੇ ਮਿਲਦਾ, ਜਿਵੇਂ ਚੰਡੀਗੜ੍ਹ ਢਾਬੇ ਦੇ ਕੋਲ ਲੱਸੀ ਨਹੀਂ ਫ੍ਰੀ ਮਿਲਦੀ ਇੱਕ, ਉੱਦਾਂ ਹੀ ਆ ਤਾਂ ਸੂਪ ਫ੍ਰੀ ਮਿਲਦਾ, ਉਹੀ ਆ ਆਪਣਾ ਢਾਬਾ ਮਿੱਤਰਾਂ ਦਾ ਢਾਬਾ, ਮਿੱਤਰਾਂ ਢਾਬਾ, ਮਿੱਤਰਾਂ ਦੇ ਜੰਕਸ਼ਨ ਤੇ, ਇੰਨੀ ਕੀ ਫਿਰ
ਖਾਓ ਖਾਓ ਰੱਜ ਕੇ ਖਾਧਾ ਨੀ ਕੁਛ ਤੁਹਾਡੇ ਨਾਲ ਨਹੀਂ ਨਹੀਂ ਖਾਓ ਤੁਸੀਂ ਮੈਂ ਖਾ ਰਿਹਾ ਵਾਂ ਚਿਪਾਲ ਬਰਚਾ ਫਿਲਿੰਗ ਸਟੇਸ਼ਨ ਇਹਨੂੰ ਪੁੱਛਦਾ ਕੀ ਲਿਖਿਆ ਬਾਵੇ ਆ ਕੀ ਲਿਖਿਆ ਭਲਾ ਲਿਖਿਆ ਵਾ ਚੱਪਲ ਬੈਗ ਚ ਪਾ ਲਓ ਚੱਪਲ ਬੈਗ ਚ ਪਾ ਲਓ ਪਤਾ ਤਾਂ ਲੱਗੇ ਵੀ ਲਿਖਿਆ ਕੀ ਹੈ ਮੈਗਨੈਟਿਕ ਹਿੱਲ ਇੱਥੇ ਮਤਲਬ ਕਿ ਨੌਰਥ ਪੋਲ ਪੈਂਦਾ ਵਾ ਇੱਥੇ ਕਹਿ ਲਓ ਵੀ ਚਾਰੇ ਦਿਸ਼ਾਵਾਂ 'ਚ ਇੱਕ ਦਿਸ਼ਾ ਹੁੰਦੀ ਨਾ ਜਿੱਥੇ ਮੈਗਨੈਟਿਕ ਹੁੰਦੀ ਆ ਜਿੱਦਾਂ ਆਪਾਂ ਨੌਰਥ ਨੂੰ ਮੈਗਨੈਟਿਕ ਪੁਆਇੰਟ ਮੰਨਦੇ ਹਾਂ ਅਤੇ ਉੱਦਾਂ ਹੀ ਇੱਧਰ ਨੌਰਥ ਪੈਂਦਾ ਇਸ ਲਈ ਮੈਗਨੈਟਿਕ ਹਿੱਲ ਇਤਿਹਾਸਿਕ ਗੁਰਦੁਆਰਾ ਹੈ ਅਤੇ ਆਪਾਂ ਖੜ੍ਹੇ ਇਸ ਟਾਈਮ ਦੀ ਪਾਰਕਿੰਗ 'ਚ ਸਾਹਮਣੇ ਗੁਰਦੁਆਰਾ ਸਾਹਿਬ ਆ ਅਤੇ ਇੱਥੋਂ ਲੇਹ 20 ਕਿਲੋਮੀਟਰ ਪੈਂਦਾ ਲੇਹ ਤੋਂ 20 ਕਿਲੋਮੀਟਰ ਪਿੱਛੇ ਆ ਅਤੇ ਕਾਫੀ ਵੱਡੀ ਜਗ੍ਹਾ ਵਾ ਗੁਰਦੁਆਰਾ ਸਾਹਿਬ ਦੀ ਅਤੇ ਕਾਫੀ ਵੱਡੀ ਪਾਰਕਿੰਗ ਆ ਸੋ ਇਹ ਹੈਗਾ ਜੀ ਲੇਹ ਲੱਦਾਖ ਦੇ ਅੰਦਰ ਗੁਰਦੁਆਰਾ ਪੱਥਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਤੇ ਇੱਥੋਂ ਦਾ ਇਤਿਹਾਸ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦਿੰਦਾ ਬਾਕੀ ਮੈਂ ਪਿਛਲੇ ਵੀਡੀਓ 'ਤੇ ਤੁਹਾਨੂੰ ਦਿਖਾਇਆ ਸੀਗਾ ਉੱਥੇ ਤੁਸੀਂ ਸਟੋਪ ਕਰਕੇ ਇਤਿਹਾਸ ਪੜ੍ਹ ਸਕਦੇ ਹੋ ਅਤੇ ਥੋੜ੍ਹਾ ਇਤਿਹਾਸ ਮੈਂ ਤੁਹਾਨੂੰ ਜਿੰਨਾ ਕੁ ਮੈਂ ਪੜ੍ਹਿਆ ਇੱਥੇ ਮੈਂ ਤੁਹਾਨੂੰ ਦੱਸ ਦਿੰਦਾ ਇੱਥੇ ਗੁਰੂ ਨਾਨਕ ਦੇਵ ਜੀ ਆਏ ਸੀਗੇ ਆਪਣੀ ਚਾਰ ਉਦਾਸੀਆਂ ਦੇ ਵਿੱਚ ਅਤੇ ਇੱਥੋਂ ਦੇ ਜਿਹੜੇ ਲੋਕ ਸਨ ਰਹਿਣ ਵਾਲੇ ਸਨ ਅਤੇ ਉਹ ਬੜੇ ਮਤਲਬ ਤੰਗ ਸੀ ਇੱਕ ਰਾਕਸ਼ਸ ਸੀਗਾ ਜੋ ਉਹਨਾਂ ਨੂੰ ਮਾਰ ਕੇ ਖਾ ਜਾਂਦਾ ਸੀਗਾ
ਤੇ ਗੁਰੂ ਨਾਨਕ ਦੇਵ ਜੀ ਆਏ ਉੱਥੇ, ਉਹਨਾਂ ਨੇ ਆਪਣੀ ਸਮਾਧੀ ਲਾਈ, ਆਪਣੀ ਭਗਤੀ ਕੀਤੀ, ਤੇ ਰਾਕਸ਼ਸ ਨੇ ਦੇਖਿਆ ਜਦੋਂ ਕਿ ਮਤਲਬ ਬੈਠਾ ਹੋਇਆ ਕੋਈ ਆਣ ਕੇ, ਹੈ ਨਾ, ਉਹਨੂੰ ਪਤਾ ਨਹੀਂ ਸੀਗਾ ਇਸ ਚੀਜ਼ ਬਾਰੇ ਵੀ ਕੌਣ ਆਇਆ ਹੋਇਆ, ਤੇ ਉਹਨੇ ਆਪਣਾ ਗੁੱਸਾ ਕੱਢਦੇ ਹੋਏ ਉੱਪਰੋਂ ਦੀ ਪੱਥਰ ਥੱਲੇ ਮਾਰਿਆ, ਪੱਥਰ ਥੱਲੇ ਸੁੱਟਿਆ, ਤੇ ਗੁਰੂ ਨਾਨਕ ਦੇਵ ਜੀ ਦੇ ਜਾ ਕੇ ਮਤਲਬ ਸਾਈਡ 'ਤੇ ਇੱਦਾਂ ਸਾਈਡ 'ਤੇ ਉਹਨਾਂ ਦੀ ਛਵੀ ਬਣੀ ਹੋਈ ਆ ਪੱਥਰ 'ਚ, ਤੁਸੀਂ ਹੁਣੇ ਦੇਖ ਕੇ ਹਟੇ ਹੋ, ਅਤੇ ਉਹਨਾਂ ਦੀ ਛਵੀ ਬਣੀ ਹੋਈ, ਅਤੇ ਉਹ ਪੱਥਰ ਵੱਜਾ ਜਦੋਂ ਗੁਰੂ ਨਾਨਕ ਦੇਵ ਜੀ ਦੇ ਇੱਦਾਂ ਕਰਕੇ, ਅਤੇ ਉਹ ਮੋਮ ਬਣ ਗਿਆ, ਮੋਮ ਬਣ ਗਿਆ, ਅਤੇ ਜਦੋਂ ਪੱਥਰ ਵੱਜਾ ਅਤੇ ਉੱਪਰ ਰਾਕਸ਼ਸ ਨੇ ਦੇਖਿਆ ਕਿ ਮਤਲਬ ਜੋ ਬੰਦਾ ਬੈਠੇ ਬੈਠਾ ਸੀਗਾ ਥੱਲੇ ਭਗਤੀ ਕਰ ਰਿਹਾ ਉਹ ਖਤਮ ਹੋ ਗਿਆ, ਉਹ ਬੜਾ ਖੁਸ਼ ਹੋਇਆ ਜਦੋਂ ਥੱਲੇ ਆ ਕੇ ਉਹਨੇ ਦੇਖਿਆ, ਅਤੇ ਗੁਰੂ ਨਾਨਕ ਦੇਵ ਜੀ ਨੂੰ ਮਤਲਬ ਉਹਨਾਂ ਦਾ ਵਾਲ ਵੀ ਰਿੰਗਾ ਨਹੀਂ ਹੋਇਆ ਸੀਗਾ, ਅਤੇ ਉਹਨੇ ਗੁੱਸੇ 'ਚ ਆ ਕੇ ਪੱਥਰ 'ਤੇ ਲੱਤ ਮਾਰੀ, ਪੱਥਰ 'ਚ ਜਦੋਂ ਲੱਤ ਮਾਰੀ ਅਤੇ ਉਹ ਪੱਥਰ ਨੂੰ ਪਤਾ ਲੱਗਾ ਵੀ ਪੱਥਰ ਮੋਮ ਦਾ ਬਣ ਗਿਆ, ਫਿਰ ਉਹਨੂੰ ਪਤਾ ਲੱਗਾ ਵੀ ਇਹ ਮਤਲਬ ਜਿਹੜੇ ਬੈਠੇ ਹੋਏ ਨਾ ਕਿੱਡੀ ਰੱਬੀ ਰੂਹ ਆ, ਕਿੰਨੀ ਭਗਤੀ ਵਾਲੇ ਨੇ, ਅਤੇ ਇਹ ਮਤਲਬ ਗੁਰੂ ਦੇ ਪਿਆਰੇ ਨੇ ਜਿਨ੍ਹਾਂ ਨੂੰ ਆਪਾਂ ਇੰਨਾ ਮਤਲਬ ਕਸ਼ਟ ਦੇ ਲੱਗਾ ਸੀਗਾ ਉਹ, ਫਿਰ ਉਹਨਾਂ ਦੇ ਪੈਰੀ ਪੈ ਗਿਆ, ਪੈਰੀ ਪਿਆ, ਅਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਤੂੰ ਆ ਮਤਲਬ ਲੋਕਾਂ ਦੀ ਆ ਹੁਣ ਸੇਵਾ ਕਰ, ਅਤੇ ਤੇਰੀ ਤਾਂ ਮਤਲਬ ਜੂਨ ਸੁਧਰੂਗੀ। ਉਸ ਤੋਂ ਬਾਅਦ ਇੱਕ ਗੁਰਦੁਆਰਾ ਸਾਹਿਬ ਬਣਿਆ ਜੀ, ਅਤੇ ਉੱਥੇ ਹੈਗਾ ਧੰਨ ਗੁਰੂ ਨਾਨਕ ਦੇਵ ਜੀ ਦਾ, ਅਤੇ ਇੱਥੇ ਲਿਖਿਆ ਚੜ੍ਹਦੀ ਕਲਾ। ਇੱਥੇ ਆ ਕੇ ਬਿਲਕੁਲ ਇਹ ਫੀਲ ਨਹੀਂ ਹੋ ਰਿਹਾ ਕਿ ਹਾਂ ਅਸੀਂ ਕਿਤੇ ਵੱਖਰੀ ਜਗ੍ਹਾ 'ਤੇ, ਗੁਰਦੁਆਰਾ ਸਾਹਿਬ ਤਾਂ ਜਿੱਥੇ ਹੁੰਦਾ ਵਾ ਆਪਣਾ ਹੀ ਲੱਗਦਾ, ਵਾਈਬ ਆਪਣੀ ਲੱਗਦੀ ਆ। ਅਤੇ ਬਾਕੀ ਇੱਦਾਂ ਵੀ ਆ ਵੀ ਉੱਥੇ ਜਿਹੜੀ ਛਵੀ ਬਣੀ ਹੋਈ ਆ, ਮਤਲਬ ਉਸ ਉੱਤੋਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਗੁਰੂ ਨਾਨਕ ਦੇਵ ਜੀ ਦੀ ਦੇਹ ਕਿੰਨੀ ਸੀਗੀ ਉਦੋਂ, ਮਤਲਬ ਕਿੰਨਾ ਕਿੱਡਾ ਵੱਡਾ ਸਰੀਰ ਸੀ ਉਦੋਂ, ਉਸ ਟਾਈਮ ਦੇ ਮਤਲਬ ਕਾਫੀ ਵੱਡੀ ਦੇਹ ਹੁੰਦੀ ਸੀ ਲੋਕਾਂ ਦੀ ਨਾ, ਅਤੇ ਗੁਰੂ ਨਾਨਕ ਦੇਵ ਜੀ ਦੇ ਮਤਲਬ ਉੱਥੋਂ ਛਵੀ ਤੋਂ ਪਤਾ ਲੱਗ ਰਿਹਾ ਵੀ ਘੱਟੋ ਘੱਟ ਨਹੀਂ ਤਾਂ 8 ਫੁੱਟ ਦਾ ਉਹ ਮਤਲਬ ਜਿਹੜਾ ਬੈਠਾ ਸਿੰਘਾਸਨ ਲਾਇਆ ਬੰਦੇ ਨੇ ਉਹ 8 ਫੁੱਟ ਦਾ ਮਤਲਬ ਦ੍ਰਿਸ਼ਟੀ ਹੈਗੀ ਆ ਉੱਥੇ। ਅਤੇ ਬਾਕੀ ਇੱਥੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਣੀ ਸੀਗੀ, ਇੱਥੋਂ ਦੀ ਸਾਰੀ ਸੇਵਾ ਜਿਹੜੀ ਆ ਉਹ ਆਰਮਡ ਫੋਰਸ ਵੱਲੋਂ ਮਤਲਬ ਕਿ ਫੌਜੀ ਵੀਰਾਂ ਵੱਲੋਂ ਹੋ ਰਹੀ ਆ। ਥੱਲੇ ਅਸੀਂ ਦੇਖਿਆ ਸੀਗਾ ਕਿ ਫੌਜੀ ਵੀਰ ਹੀ ਗ੍ਰੰਥੀ ਸਿੰਘ ਸੀਗੇ, ਅਤੇ ਫੌਜੀ ਵੀਰ ਹੀ ਲੰਗਰ ਤਿਆਰ ਕਰ ਰਹੇ, ਫੌਜੀ ਵੀਰ ਲੰਗਰ ਛਕਾ ਰਹੇ ਸੀਗੇ, ਅਤੇ ਦੇਗ ਦਾ ਪ੍ਰਸ਼ਾਦ ਵੀ ਉਹੀ ਛਕਾ ਰਹੇ ਸੀਗੇ, ਮਤਲਬ ਉਹਨਾਂ ਵੱਲੋਂ ਸਾਰੀ ਸੇਵਾ ਸੰਭਾਲੀ ਜਾ ਰਹੀ ਹੈ ਇੱਧਰੋਂ ਦੀ, ਅਤੇ ਬਹੁਤ ਵਧੀਆ ਲੱਗਾ ਚਲੋ ਦੇਖ ਕੇ, ਮਤਲਬ ਲੰਗਰ ਛਕ ਕੇ ਵੀ ਸੰਤੁਸ਼ਟੀ ਹੋ ਗਈ ਦੇ ਦਿਨਾਂ ਦੇ ਆਪਾਂ ਬਾਹਰ ਘੁੰਮਦੇ ਪਏ ਆ, ਅੱਜ ਲੰਗਰ ਛਕਿਆ ਤੇ ਬਹੁਤ ਵਧੀਆ ਲੱਗਿਆ, ਤੇ ਚਾਹ ਦਾ ਹੁਣ ਲੰਗਰ ਛਕਦੇ ਆ ਆਪਾਂ। ਬਾਕੀ ਨਾ ਉਹ ਕਹਿੰਦੇ ਗੁਰੂ ਘਰ ਆਏ ਗੁਰੂ ਨਾਨਕ ਦੇ ਦਰ ਤੇ ਕੋਈ ਪੱਖਾ ਨਹੀਂ ਜਾਂਦਾ। ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਚੱਕੋ ਜੀ ਫਿਰ ਜੱਟ ਪਹੁੰਚ ਗਿਆ ਲੇਹ ਲਦਾਖ। ਇਹ ਆ ਜੀ ਲੇਹ ਦੀ ਮੇਨ ਮਾਰਕੀਟ, ਮਤਲਬ ਮੇਨ ਚੌਂਕ ਜਿੱਥੋਂ ਆਪਾਂ ਮਨਾਲੀ ਨੂੰ ਪੈਂਗੋਂਗ ਲੇਕ ਨੂੰ ਹੋਰ ਥਾਵਾਂ ਤੇ ਨੁਬਰਾ ਵੈਲੀ ਵਗੈਰਾ ਜਾਂਦੇ ਹਾਂ, ਅਤੇ ਹੁਣ ਮੇਨ ਮਾਰਕੀਟ ਥੋੜ੍ਹੀ ਜਿਹੀ ਅੱਗੇ ਆ, ਬਸ ਉੱਥੇ ਜਾਂਦੇ ਹਾਂ ਰੂਮ ਲੈਂਦੇ ਹਾਂ, ਫਿਰ ਆਪਾਂ ਘੁੰਮਦੇ ਫਿਰਦੇ ਹਾਂ ਮਾਰਕੀਟ ਤੁਹਾਨੂੰ ਦਿਖਾਉਂਦੇ ਹਾਂ ਨਾਲੇ। ਸੋ ਮਿਲ ਗਿਆ ਜੀ ਖਾਸ ਹੋਟਲ ਆਪਾਂ ਨੂੰ, ਆਹ ਦੇਖੋ ਨੋਬਲ ਹਾਊਸ, ਨੋਬਲ ਹਾਊਸ, ਇਹਦੇ ਨਾਲ ਹੀ ਆਪਾਂ ਨੂੰ ਆਹੀ ਪਾਰਕਿੰਗ ਅੰਦਰ ਨਾਲੇ, ਬਾਹਰ ਗੇਟ ਲੱਗਾ ਹੋਇਆ, ਸੇਫਟੀ ਵੀ ਪੂਰੀ ਆ, ਐਂਡ ਸਾਹ ਲੈਣ ਨੂੰ ਦਰਖਤ ਵੀ ਹੈਗਾ ਵਾ। ਅਤੇ ਹੋਟਲ ਰੂਮ ਘੈਂਟ ਨੇ, ਰੂਮ ਅੰਦਰ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ। ਬਾਕੀ ਇੱਥੇ ਫਟਾਫਟ ਸਮਾਨ ਵਿਹਲਾ ਕਰਕੇ ਉਹੀ ਜਿਹੜਾ ਡੇਲੀ ਦਾ ਕੰਮ ਆ, ਕਦੀ ਬੰਨੋ ਕਦੀ ਖੋਲੋ, ਹੁਣ ਆਪਾਂ ਖੋਲ੍ਹ ਕੇ ਸਮਾਨ ਫਟਾਫਟ, ਅਤੇ ਜਿਹੜਾ ਵੈਲਡਿੰਗ ਕਰਾਉਣਾ ਕੰਮ ਉਹ ਕਰਵਾ ਲਈਏ, ਨਹੀਂ ਤਾਂ ਉਹ ਲੇਟ ਹੋ ਜਾਣਾ ਕੰਮ। ਇੱਕ ਵੈਲਡਿੰਗ ਕਰਾਉਣਾ, ਇੱਕ ਲਾਈਟ ਪਾਉਣੀ ਹੈ ਜੀ, ਉਹ ਦੇਖਦੇ ਹਾਂ ਫਟਾਫਟ, ਅਤੇ ਉਹਨਾਂ ਨੂੰ ਪੁੱਛਦੇ ਹੋਟਲ ਵਾਲਿਆਂ ਨੂੰ ਵੀ ਕਿੱਥੋਂ ਹੋਊਗਾ ਵੈਲਡਿੰਗ, ਉੱਥੋਂ ਕਰਾ ਕੇ ਉਸ ਤੋਂ ਬਾਅਦ ਇੱਥੇ ਮੇਨ ਮਾਰਕੀਟ ਆ ਜਿਹੜੀ ਘੁੰਮਾਂਗੇ, ਅਤੇ ਆ ਜਾਓ ਤੁਹਾਨੂੰ ਹੋਟਲ ਰੂਮ ਦਿਖਾਉਂਦੇ ਹਾਂ ਪਹਿਲਾਂ ਨਾਲ।
ਸੋ ਆਹ ਰੂਮ ਆ ਜੀ ਇੱਥੇ ਚੀਜ਼ ਤਾਂ ਸੋਹਣੀ ਬਣੀ ਵੈਸੇ ਆਹ ਬੈੱਡ ਵਾ ਇੱਧਰ ਕੀ ਹੈ ਓਕੇ ਕਲੋਜ਼ ਹੈ ਠੀਕ ਹੈ ਸੋ ਇਹ ਵਾਸ਼ਰੂਮ ਅਤੇ ਰੂਮ ਸੀਲਿੰਗ ਹੈਂਡ ਆ ਵਿਊ ਵੀ ਦਿਖਾ ਦਈਏ ਤੁਹਾਨੂੰ ਬਾਹਰ ਦਾ ਵਿਊ ਦੇਖ ਲਓ ਹੁਣ ਫਿਲਹਾਲ ਹਨੇਰਾ ਹੋ ਗਿਆ ਤਾਂ ਕਰਕੇ ਚਲੋ ਦੇਖਦੇ ਹਾਂ ਨੀਚੇ ਲੈ ਲੈਂਦੇ ਰੂਮ ਆਪਾਂ ਉੱਪਰ ਵੀ ਸੇਮ ਰੂਮ ਹੀ ਆ ਅਤੇ ਉੱਪਰ ਲੈਣ ਦਾ ਫਾਇਦਾ ਨਹੀਂ ਆ ਐਵੇਂ ਬੈਗ ਚੱਕ ਕੇ ਉੱਪਰ ਜਾਓ ਫਿਰ ਲਿਆਓ ਥੱਲੇ ਇਸ ਲਈ ਆਪਾਂ ਨੀਚੇ ਰੂਮ ਲੈਂਦੇ ਫਟਾਫਟ ਬੈਗ ਲਾ ਕੇ ਅਤੇ ਜਾਂਦੇ ਹਾਂ ਇਹਨਾਂ ਨੂੰ ਪੁੱਛਦੇ ਹਾਂ ਵੀ ਵੈਲਡਿੰਗ ਕਿੱਥੋਂ ਹੋਣੀ ਆ ਮਸਾਂ ਹੀ ਜਾ ਕੇ ਆਪਾਂ ਨੂੰ ਵੈਲਡਿੰਗ ਵਾਲਾ ਲੱਭਿਆ ਉਹ ਵੀ ਸ਼ਟਰ ਬਣਾ ਰਹੇ ਸੀਗੇ ਇੱਧਰ ਸ਼ਟਰ ਬਣਾ ਰਹੇ ਸੀਗੇ ਰਸਤੇ 'ਚ ਮੇਨ ਆਪਾਂ ਤਿੰਨ ਚਾਰ ਥਾਵਾਂ ਘੁੰਮ ਕੇ ਫਿਰ ਆਏ ਹਾਂ ਇਹ ਇਹਨਾਂ ਨੂੰ ਭਾਈ ਨੂੰ ਪੁੱਛਿਆ ਕਹਿੰਦੇ ਕਹਿੰਦੇ ਕਰ ਦਾਂਗੇ ਵੈਲਡਿੰਗ ਕੋਈ ਚੱਕਰ ਨਹੀਂ ਆ ਅਤੇ ਮੈਂ ਕਿਹਾ ਚਲੋ ਸ਼ੁਕਰ ਆ ਰੱਬ ਦਾ ਮਿਲ ਗਿਆ ਵਾ ਨਹੀਂ ਤਾਂ ਕਹਿੰਦੇ ਸੀ ਸਵੇਰੇ ਦੁਕਾਨਾਂ ਖੁੱਲ੍ਹੀਆਂ ਵਾ ਹੁਣ ਸਾਰੀਆਂ ਦੁਕਾਨਾਂ ਬੰਦ ਹੋ ਚੁੱਕੀਆਂ ਅਤੇ ਆਪਾਂ ਹੁਣ ਫਟਾਫਟ ਵੈਲਡਿੰਗ ਕਰਾਉਂਦੇ ਹਾਂ ਅਤੇ ਹੋਟਲ 'ਚ ਜਾਂਦੇ ਹਾਂ ਦੈਨ ਉਸ ਤੋਂ ਬਾਅਦ ਜੇ ਟਾਈਮ ਹੈਗਾ ਤਾਂ ਮਾਰਕੀਟ ਘੁੰਮ ਲੈਂਦੇ ਨਹੀਂ ਤਾਂ ਫਿਰ ਸਵੇਰੇ ਦੇਖਦੇ ਹਾਂ ਰੱਸੀਆਂ ਨਾਲ ਸਾਰਿਆਂ ਉੱਥੇ ਰੱਸੀਆਂ ਨਾਲ ਬੰਨ ਕੇ ਆ ਗਿਆ ਇੱਥੋਂ ਤੱਕ ਪਰ ਅੱਗੇ ਨਹੀਂ ਸੀ ਜਾਣਾ ਕਿਉਂਕਿ ਇੱਕ ਅਦਰ ਰਾਹ ਆਪਣਾ ਥੋੜ੍ਹਾ ਹੋਰ ਟੁੱਟਾ ਵਾ ਲਓ ਜੀ ਫਾਈਨਲੀ ਲੱਗ ਗਿਆ ਆਪਣਾ ਵੈਲਡਿੰਗ ਕੱਲ੍ਹ ਆਪਾਂ ਉਹਨਾਂ ਨੇ ਥੈਂਕ ਯੂ ਭਈਆ ਵੈਲਡਿੰਗ ਦਾ ਕਰਾਉਣ ਤੋਂ ਬਾਅਦ ਜੀ ਆਪਣੀ ਆਹ ਕੰਮ ਆਪਣਾ ਰਹਿ ਗਿਆ ਸੀਗਾ ਓਏ ਹੋਏ ਇਹ ਵੀ ਲੇਟ ਟੇਢੀ ਹੋ ਗਈ ਯਾਰ ਆਹ ਟੇਢੀ ਹੋ ਗਈ ਨਾ ਸਿੱਧੀ ਤਾਂ ਹੋ ਜਾਊਗੀ ਵੈਸੇ ਹੋ ਜਾਣੀ ਸਿੱਧੀ ਲੈਟ ਆਹ ਆਪਾਂ ਇਕੱਲਾ ਲੈ ਆਉਂਦੇ ਹਾਂ ਕਵਰ ਲੈ ਆਉਂਦੇ ਹਾਂ ਨਾ ਮੰਗ ਕੇ ਦੁਕਾਨ ਮੰਗ ਕੇ ਨਹੀਂ ਕਹਿ ਰਿਹਾ ਕਹਿੰਦਾ ਮੰਗ ਕੇ ਨਹੀਂ ਭਰਾਵਾ ਖਰੀਦ ਕੇ ਲਿਆਉਂਦੇ ਹਾਂ ਉਹ ਸ਼ੁਕਰ ਆ ਇਹਦਾ ਮਿਲ ਗਿਆ ਮੌਕੇ 'ਤੇ ਬਾਬਾ ਨਾਨਕ ਭਲੀ ਕਰਦਾ ਜਿੱਥੇ ਜਾਂਦੇ ਹਾਂ ਅਸੀਂ ਚਲੋ ਇਹ ਵੀ ਕੰਮ ਹੋ ਗਿਆ ਅਤੇ ਦੂਜਾ ਵੀ ਹੋ ਜੂਗਾ ਉਹਦੇ ਨਾਲ ਨਾਲ ਲੱਭਣ ਨੂੰ ਕੀ ਨਹੀਂ ਲੱਭਦਾ ਓਰੀਜਨਲ ਲੈਟ ਲੱਭ ਗਈ ਆਪਾਂ ਨੂੰ ਹੋਰ ਕੀ ਚਾਹੀਦਾ ਕੀ ਚਾਹੀਦਾ 47 ਕੀ ਚਾਹੀਦਾ ਵੋਲਟ ਦੇ ਲਾਉਣ ਨੂੰ ਲੈਟ ਚਾਹੀਦੀ ਹੈ ਓਰੀਜਨਲ ਮਿਲ ਗਿਆ ਆਪਾਂ ਪਹੁੰਚ ਗਏ ਜੀ ਵੋਲਟ ਦੇ ਸ਼ੋਰੂਮ 'ਚ ਸਟਿੱਕਰ ਲਾਉਣਾ ਭਾਜੀ ਨੇ ਉਹ ਇੱਦਾਂ ਲੈ ਦਿਓ ਭਾਜੀ ਕਿਹੜੀ ਗੱਲ ਹੈ ਹਾਂ ਚੱਲ ਲਾ ਲਓ ਬਸ ਇਹ ਅੱਛਾ ਕਰ ਕਿਆ ਬਾਤ ਚਲੋ ਜੀ ਸੋ ਸ਼ੁਕਰਾਨਾ ਧੰਨਵਾਦ ਬਾਬੇ ਨਾਨਕ ਦਾ ਵੀ ਜਿਹੜਾ ਸਾਨੂੰ ਉਹਨਾਂ ਨੇ ਇੰਨੀ ਰਾਤ ਗਏ ਵੀ ਉਹ ਵੀ ਉੱਪਰੇ ਸ਼ਹਿਰ 'ਚ ਕੰਮ ਹੋ ਗਿਆ ਸਾਡਾ ਹੁਣ ਡਨ ਵੈਲਡਿੰਗ ਵੀ ਹੋ ਗਿਆ ਲੈਟ ਵੀ ਮਿਲ ਗਈ ਕਹਿੰਦੇ ਜੋ ਹੁੰਦਾ ਚੰਗੇ ਲਈ ਹੁੰਦਾ ਪਰ ਆਪਾਂ ਥੋੜ੍ਹਾ ਲੇਟ ਹੋ ਗਏ ਹਾਂ ਮਾਰਕੀਟ ਜਾਣ ਲਈ ਲੇਟ ਹੋ ਗਏ ਹਾਂ ਅਤੇ ਹੁਣ ਦੇਖਣਾ ਪੈਣਾ ਵੀ ਮਾਰਕੀਟ ਬੰਦ ਨਾ ਹੋ ਗਈ ਹੋਵੇ ਕਹਿੰਦੇ ਵੀ ਇੱਥੇ 8:30 ਤੱਕ ਮਾਰਕੀਟ ਬੰਦ ਹੋਣੀ ਸ਼ੁਰੂ ਹੋ ਜਾਂਦੀ ਹੈ ਵੈਸੇ ਵੀ ਅਸੀਂ ਜਦੋਂ ਵੈਲਡਿੰਗ ਵਾਲੇ ਲੱਭ ਰਹੇ ਸੀ ਉਦੋਂ ਬੰਦ ਹੋ ਚੁੱਕੇ ਸੀਗੇ ਅਤੇ ਲਾਈਟ ਵਾਲੇ ਵੀ ਬੰਦ ਹੋ ਚੁੱਕੇ ਸੀਗੇ ਤਾਂ ਕਰਕੇ ਖਾਸ ਚਲੋ ਮਿਲ ਗਿਆ ਇੱਥੇ ਆਪਾਂ ਨੂੰ ਵੋਲਟ ਦਾ ਸ਼ੋਰੂਮ ਉੱਥੋਂ ਚੱਕ ਕੇ ਲੈਟ 'ਤੇ ਆਪਾਂ ਹੁਣ ਲਾ ਅਸੀਂ ਆਪੇ ਲਵਾਂਗੇ ਚਲੋ ਉਹ ਕਹਿੰਦੇ ਕਿ ਇੱਥੇ ਆ ਗਏ ਕੁੱਤੇ ਨੂੰ ਠੰਡ ਲੱਗਦੀ ਹੈ ਕੁੱਤੇ ਨੂੰ ਠੰਡ ਲੱਗ ਰਹੀ ਹੈ ਤਾਂ ਇਹ ਜੱਤ ਵਾਲੇ ਕੁੱਤੇ ਹੁੰਦੇ ਉਹਨਾਂ ਨੂੰ ਠੰਡ ਨਹੀਂ ਲੱਗਦੀ ਛੇਤੀ ਡਰਦੇ ਵਿਚਾਰੇ ਇਹ ਆਪਾਂ ਪਹੁੰਚ ਗਏ ਹਾਂ ਜੀ ਲੇਹ ਦੀ ਮੇਨ ਮਾਰਕੀਟ ਇੱਥੇ ਟੂਰਿਸਟ ਮਾਰਕੀਟ ਜਿਹਨੂੰ ਕਹਿੰਦੇ ਹਾਂ ਆਪਾਂ ਇਹ ਮਨਾਲੀ ਵਰਗੀ ਹੈ ਡਿੱਟੋ ਮਨਾਲੀ ਦੀ ਮਾਰਕੀਟ ਵੀ ਇੱਦਾਂ ਦੀ ਹੈ
ਚੋਚੋ ਚੰਨ ਨੂੰ ਭੇਜੋ ਚੰਨ ਬਾਈ ਆ ਦੇਖ ਲਈ ਤੇਰਾ ਨਾਮ ਲਿਖਿਆ ਇਹਨਾਂ ਨੇ ਠੀਕ ਆ ਫੇਮਸ ਬਹੁਤ ਹੁੰਦਾ ਮੈਂ ਐਡ ਕਰਦੀ ਹੁੰਦੀ ਵਰਡ ਉਹ ਆਪਣੇ ਵੱਲੋਂ ਕਰ ਲਈ ਸਹੀ ਹੈ ਨੈਕਸਟ ਪਸ਼ਮਾ ਪਸ਼ਮੀਨਾ ਅੱਛਾ ਓ ਦੈਟ ਫੇਅਰ ਪ੍ਰਾਈਸ ਕਿਆ ਹੈ ਯਹਾਂ ਪੇ ਦੇਖਤੇ ਹੈ ਇੰਨੀ ਦੂਰ ਆਏ ਹਾਂ ਸੋਚਿਆ ਵੀ ਚਲੋ ਕੁਛ ਖਰੀਦਦਾਰੀ ਕਰਦੇ ਹਾਂ ਕੁਛ ਯਾਦਗਾਰ ਚੀਜ਼ ਲੈ ਕੇ ਜਾਂਦੇ ਹਾਂ ਜਿਹੜੀ ਯਾਦ ਰਵੇ ਵੀ ਹੈ ਨਾ ਜਿਹੜੀ ਕੁਛ ਯਾਦ ਰਵੇ ਕੀ ਹੈਗਾ ਯੈਸ ਯੂਟਿਊਬਰ ਕਹਿੰਦੇ ਯੂਟਿਊਬ ਯੂਟਿਊਬਰ ਸਾਰੇ ਯੂਟਿਊਬਰ ਹੀ ਆਉਂਦੇ ਇੱਥੇ ਹੋਰ ਕਰਾਉਂਦਾ ਕੌਣ ਓਏ ਬਾਵੇ ਆ ਤੇਰੀ ਫੋਟੋ ਹੈ ਨਾ ਇਹ ਕਿੱਦਾਂ ਦਾ ਨਾ ਚਲੋ ਦੇਖਦੇ ਹਾਂ ਕੀ ਪਸੰਦ ਆਉਂਦਾ ਤੁਹਾਨੂੰ ਕੀ ਪਸੰਦ ਆਉਂਦਾ ਚਟਾਈ ਨਹੀਂ ਹੈ ਕਹਿੰਦਾ ਚਟਾਈ ਚਟਾਈ ਇਹ ਕਮਲਾ ਹੀ ਹੈ ਮੁੰਡਾ ਵੱਖਰੇ ਆਪਣੇ ਰੂਪ ਚ ਆਏ ਹੋਏ ਰੋਲੀ ਘਰੇ ਰਹਿ ਗਈ ਪੱਟਾ ਕਿੱਡਾ ਦਾ ਪੱਟਾ ਜਾ ਕਿੱਡਾ ਵੱਡਾ ਹਾਂ ਪੱਟਾ ਹੀ ਆ ਜਿਹੜਾ ਗੱਲ ਚ ਪਾਇਆ ਬੈਲਟ ਟਾਈਪ ਚੋੜੀ ਨੀ ਜਾਂਦੀ ਸੋਹਣਾ ਲੱਗ ਰਿਹਾ ਇਹਦਾ ਪੁੱਛੋ ਕੀ ਪ੍ਰਾਈਸ ਆ ਕਿੰਨੇ ਤਿੰਨ ਕਢਾਇਆ ਇਹ ਤੇ ਵੀਰੇ ਬੁਲਟ ਵਾ ਇਦਾਂ ਨਾ ਕਰ ਯਾਰ ਇਹ ਤਾਂ ਦਾਸਾਂ ਕੋਲ ਆਣਾ ਚਾਹੀਦਾ ਇਹ ਆਪ ਬਣਾਤੇ ਹੋ ਨਹੀਂ ਨਹੀਂ ਕਿ ਲੋਕਲ ਸੀ ਓਕੇ ਇਸਕਾ ਪ੍ਰਾਈਸ ਓਕੇ ਓਕੇ ਇਸ ਵਨ 650 ਇਸਕੀ ਗਾਰੰਟੀ ਵੀ ਹੁੰਦੀ ਹੈ ਅਗਰ ਕੱਲ ਕੋ ਟੁੱਟ ਜਾਏ ਫਿਰ ਗਾਰੰਟੀ ਤਾਂ ਚਲੋ ਬੰਦੇ ਕੀ ਨਹੀਂ ਸਮਾਨ ਕੀ ਤਾਂ ਹੋਤੀ ਹੈ ਨਾ ਹਾਂ ਵਨ ਈਅਰ ਹੋ ਜਾਏਗਾ ਓਕੇ ਪਰ ਹਮ ਯਹਾਂ ਸੇ 1100 ਕਿਲੋਮੀਟਰ ਦੂਰ ਵਹਾਂ ਸੇ ਆਏ ਹੈ ਪੰਜਾਬ ਸੇ ਹਾਂ ਪੰਜਾਬ ਸੇ ਪੰਜਾਬ ਲੁਧਿਆਣਾ ਸੇ ਹੈਂ ਪੰਜਾਬ ਕਹਾਂ ਪੇ ਆਇਆ ਬਹੁਤ ਗਰਮੀ ਹੈ ਇਸ ਟਾਈਮ ਤੋਂ ਬਹੁਤ ਗਰਮੀ ਹੈ ਬਰਫੀ ਪੜਤੀ ਫਿਰ ਸਨੋ ਹੋਤੀ ਹੈ ਇੰਨੇ ਨਵੰਬਰ ਤੋਂ ਸਟਾਰਟ ਹੋ ਜਾਂਦੀ ਹੈ ਨਵੰਬਰ ਦਸੰਬਰ ਜਨਵਰੀ ਫਰਵਰੀ ਤੱਕ ਇੱਥੇ ਠੰਡ ਪ੍ਰੋਪਰ ਪੂਰੀ ਤਗੜੀ ਹੁੰਦੀ ਇਹ ਲੈ ਲਓ ਛੋਟਾ ਕਰਨੇ ਸੇ ਵੀ ਅੱਛਾ ਲੱਗਤਾ ਹੈ ਮੇਰਾ ਫਰੈਂਡ ਤਾਂ ਇੱਕ ਲਿਆ ਲੇਕਿਨ ਵੋ ਛੋਟਾ ਛੋਟਾ ਹੈ ਗਾਠ ਲਗਾਨੇ ਛੋਟਾ ਉਹ ਜੇ ਐਸੇ ਕਰਤਾ ਐਸੇ ਨਹੀਂ ਵੋ ਤਾਂ ਠੀਕ ਹੈ ਬਟ ਇਹ ਫਿਰ ਦਿਖੇਗਾ ਨਾ ਇਹ ਤਾਂ ਦੇਖੀ ਅੱਛੀ ਖੁਸ਼ੀ ਇਹ ਤਾਂ ਫਿਰ ਇਹ ਰਾਜਾ ਇਸੇ ਕਰਨਾ ਮੇਰੇ ਬਾਲ ਵੀ ਹੈ ਨਾ ਬਾਲ ਸੇ ਫਰਕ ਨਹੀਂ ਇਹ ਦੇਖ ਲਓ
ਲੈ ਲਈਏ ਫਿਰ ਅਸੀਂ ਡਨ ਕਰ ਦੋ। ਚਲੋ ਇੱਕ ਪਰਸ ਪਸੰਦ ਆਇਆ ਜੀ ਗੋਲਡੀ ਨੂੰ, ਆਪਾਂ ਉਹ ਲੈ ਰਹੇ ਹਾਂ। ਚਲੋ ਕੁਛ ਯਾਦਗਾਰ ਲੈ ਕੇ ਜਾਂਦੇ ਹਾਂ ਸੋਚਿਆ ਸੋਚ ਅਰਨ ਮਨੀ ਔਨ ਯੂਟਿਊਬ ਨੋ ਅਰਨ ਮਨੀ ਔਨ ਯੂਟਿਊਬ ਨੋ ਲਾਈਫ ਓਨਲੀ ਨੋ ਸੀਰੀਅਸਲੀ ਅਭੀ ਤੱਕ ਨਹੀਂ ਅਭੀ ਤੱਕ ਨਹੀਂ ਅਭੀ ਤੱਕ ਤੋ ਕਿਤਨਾ ਵਿਊ ਸਿਸਟਮ ਕਿਆ ਇਸੀ ਸੋਚਤਾ ਹੈ ਨਾ ਆ ਆਪ ਕਹੋ ਹਮ ਅਸੀਂ ਆਵਾਂਗੇ ਪੰਜਾਬ ਜਲਦੀ ਪਰੌਂਠੇ ਖਾਵਾਂਗੇ ਉੱਥੇ ਤੁਹਾਡੇ ਕੋਲ ਆਣ ਕੇ ਅਸੀਂ ਆਵਾਂਗੇ ਪੰਜਾਬ ਜਲਦੀ ਨਹੀਂ ਅਸੀਂ ਆਵਾਂਗੇ ਪੰਜਾਬ ਜਲਦੀ ਬੋਲ ਕੇ ਦਿਖਾਓ ਬੋਲੋ ਬੋਲੋ ਨਹੀਂ ਅਸੀਂ ਅਸੀਂ ਆਵਾਂਗੇ ਪੰਜਾਬ ਜਲਦੀ ਜਲਦੀ ਪੰਜਾਬ ਹਾਂ ਤੁਹਾਡੇ ਕੋਲ ਤੁਹਾਡੇ ਕੋਲ ਆਣ ਕੇ ਪਰੌਂਠੇ ਖਾਵਾਂਗੇ ਪਰੌਂਠੇ ਖਾਵਾਂਗੇ ਚਪਾਤੀ ਰੋਟੀ ਆਲੂ ਵਾਲੀ ਹਾਂ ਆਲੂ ਵਾਲੀ ਹਾਂ ਉਸੇ ਪਰੌਂਠਾ ਕਹਿੰਦੇ ਹੈ ਆਂਟੀ ਜੀ ਬਣਾ ਰਹੇ ਨੇ ਜੀ ਇੱਥੇ ਜੈਕਟ ਉਹ ਵੀ ਅਖਬਾਰ ਦੀ ਉਹ ਸਕੂਲ ਕੇ ਪ੍ਰੋਜੈਕਟ ਕੇ ਲਈ ਬਣਾ ਰਹੇ ਨਾ ਚਲੋ ਠੀਕ ਹੈ ਜੀ ਥੈਂਕ ਯੂ ਬਾਏ ਚਲੋ ਜੀ ਸ਼ੋਪਿੰਗ ਹੋ ਗਈ ਡਨ ਤੇ ਹੁਣ ਪੇਟ ਪੂਜਾ ਕਰੀਏ ਆਪਾਂ ਚਲੋ ਕਰੀਏ ਪੇਟ ਪੂਜਾ ਕਹਿੰਦੇ ਵਾਈਫ ਨਾਲ ਆਓ ਨਾਲ ਤੇ ਫਿਰ ਸ਼ੋਪਿੰਗਾਂ ਤੇ ਚੱਲਦੀਆਂ ਹੀ ਨਾ ਹੈਂ ਕਹਿੰਦੇ ਵਾਈਫ ਨਾਲ ਆਓ ਨਾਲ ਤੇ ਫਿਰ ਸ਼ੋਪਿੰਗਾਂ ਚੱਲਦੀਆਂ ਹੀ ਨਾ ਇੱਕ ਦੁਕਾਨ ਹੋਰ ਰੁੱਕ ਗਏ ਤੇ ਗੋਲਡੀ ਕਹਿੰਦੀ ਵੀ ਆਪਣੇ ਵਾਸਤੇ ਤਾਂ ਲੈ ਲਿਆ ਵੀ ਘਰ ਦੇ ਮਾਤਾ ਵਾਸਤੇ ਨਹੀਂ ਕੁਛ ਲਿਆ ਤੇ ਮੈਂ ਕਿਹਾ ਚਲੋ ਮਾਤਾ ਵਾਸਤੇ ਵੀ ਲੈ ਲੈਂਦੇ ਹਾਂ ਤੇ ਮਾਤਾ ਵਾਸਤੇ ਆਪਾਂ ਪਸੰਦ ਕੀਤਾ ਸੀਗਾ ਪਰਸ ਆਹ ਦੇਖੋ ਦੋਵੇਂ ਮਾਤਾਵਾਂ ਵਾਸਤੇ ਜੇ ਇੱਕ ਨੂੰ ਲਿਆ ਤਾਂ ਦੂਜੀ ਨਾਰਾਜ਼ ਨਾ ਹੋਵੇ My mom ਇੱਥੇ ਲਿਖਿਆ ਵੀ ਹੋਇਆ ਨਾਲੇ ਲਦਾਖ ਯਾਦਗਾਰ ਯਾਦਗਾਰ ਰਹੂਗੀ ਹਾਂਜੀ ਫਿਰ ਚਲੋ ਲਓ ਫਿਰ ਚੱਲੀਏ ਭੁੱਖ ਬੜੀ ਲੱਗ ਗਈ ਆ ਤੇ ਹੁਣ ਆਪਾਂ ਸ਼ੋਪਿੰਗ ਫਾਈਨਲ ਕਿ ਹੋਰ ਕੁਝ ਦੇਖਣਾ ਹੈ ਕੋਈ ਹੋਰ ਨਾਰਾਜ਼ ਨਾ ਹੋ ਜਾਵੇ ਬਾਕੀ ਤੇ ਹੈਂਡਮੇਡ ਚੀਜ਼ਾਂ ਬਣਾ ਇਸ ਲਈ ਥੋੜੀਆਂ ਕੋਸਟਲੀ ਹੁੰਦੀਆਂ ਥੋੜੀਆਂ ਚੀਜ਼ਾਂ ਬਾਕੀ ਚੀਜ਼ ਸੋਹਣੀ ਆ ਕੁਆਲਿਟੀ ਵੀ ਵਧੀਆ ਵਾ ਤੇ ਤਾਂ ਕਰਕੇ ਚਲੋ ਲੈ ਲਿਆ ਆਪਾਂ ਸਮਾਨ ਬਾਕੀ ਹੰਡਾ ਕੇ ਦੇਖਦੇ ਆ ਕਿੰਨਾ ਘੰਟ ਦਾ ਜੀ ਚਲ ਕਾਬਲੇ ਪਰਸ ਲੈ ਕੇ ਆਏ ਨਾ ਇੱਕ ਸੈਕਿੰਡ ਉਹ ਬਣੀ ਜਾ ਅਨਨ ਮੈਨੂੰ ਆ ਗਿਫਟ ਦਿੱਤਾ ਲੈ ਉਹ ਨਾ ਦਿੱਤਾ ਨਹੀਂ ਤੁਹਾਡੇ ਲਈ ਵਾਹ ਜੀ ਵਾਹ ਇਹ ਮਗਵਾਏ ਨਹੀਂ ਖੁਸ਼ ਕਿ ਆ ਰਹੀ ਹੈ ਕਿੰਨੀ ਖੁਸ਼ੀ ਦੀ ਗੱਲ ਹੈ 130 ਰੁਪਏ ਦਾ ਉਹਨਾਂ ਨੇ ਦੱਸਿਆ ਸੀ ਮੈਨੂੰ ਗਿਫਟ ਕਰਤਾ ਸਹੀ ਹੈ ਜਿੱਥੇ ਮਰਜ਼ੀ ਆ ਜਾਓ ਭਾਵੇਂ ਆ ਜਾਓ ਪਹਾੜਾਂ 'ਚ ਭਾਵੇਂ ਆ ਜਾਓ ਪਹਾੜਾਂ 'ਚ ਹੋਰ ਗੱਪੇ ਨਹੀਂ ਛੱਡਣੇ ਹੈਨਾ ਰੇਹੜੀ ਵਾਲਾ ਸਵਾਦ ਕਿੱਥੋਂ ਆਉਣਾ ਵਾ ਉਹ ਜਦ ਤੱਕ ਮਸਾਲਾ ਆਪਣਾ ਨਹੀਂ ਲਾਉਂਦਾ ਤਦ ਤੱਕ ਸਵਾਦ ਕਿੱਥੋਂ ਆਉਣਾ ਤੁਹਾਨੂੰ ਸੋ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਜੀ ਆਪਣੇ ਰੂਮ ਵਿੱਚ ਖਾ ਪੀ ਕੇ ਅਤੇ ਸਵੇਰ ਦਾ ਤੁਹਾਨੂੰ ਦੱਸ ਦਈਏ ਜੀ ਸਵੇਰ ਦਾ ਇੱਕ ਤਾਂ ਹੈਗਾ ਖਾਰਦੁੰਗਲਾ ਦੀ ਆਪਾਂ ਸੋਚਿਆ ਸੀਗਾ ਜਾਵਾਂਗੇ ਅਤੇ ਹਜੇ ਵੀ ਸੋਚ ਹੀ ਰਹੇ ਜਾਵਾਂਗੇ ਬਟ ਇਹ
ਚੱਕਰ ਇਹ ਪੈ ਗਿਆ ਵੀ ਉੱਥੇ ਜਾਣ ਲਈ ਪਾਸ ਬਣਾਉਣਾ ਪੈਂਦਾ ਅਤੇ ਪਾਸ ਸਾਡਾ ਬਣਿਆ ਨਹੀਂ ਹਜੇ। ਔਨਲਾਈਨ ਅਸੀਂ ਚੈੱਕ ਕੀਤਾ ਸੀ ਬਟ ਉੱਥੇ ਖਾਰਦੁੰਗਲਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ, ਕੋਈ ਡੈਸਟੀਨੇਸ਼ਨ ਹੈ ਨਹੀਂ ਗੀ ਉੱਥੇ। ਲੇਹ ਲੱਦਾਖ ਦਾ ਸੀਗਾ, ਚਲੋ ਲੋਏ ਲੇਹ ਤਾਂ ਆਪਾਂ ਪਹੁੰਚ ਗਏ ਹਾਂ, ਕੋਈ ਪਾਸ ਨਹੀਂ ਲੱਗਾ। ਪਰ ਖਾਰਦੁੰਗਲਾਂ ਲਈ ਕਹਿੰਦੇ ਲੱਗਦਾ ਵਾ ਪਾਸ, ਜਾਂ ਨੁਬਰਾ ਵੈਲੀ ਜਾਣਾ ਹੋਵੇ ਉੱਥੇ ਪਾਸ ਲੱਗਦਾ ਵਾ। ਅਤੇ ਜੇ ਤਾਂ ਪਾਸ ਬਣਿਆ ਸਵੇਰੇ ਠੀਕ ਆ, ਨਹੀਂ ਤਾਂ ਸਾਨੂੰ ਵਾਪਸ ਨਿਕਲਣਾ ਪੈਣਾ ਕਿਉਂਕਿ ਟਾਈਮ ਸਾਡੇ ਕੋਲ ਘੱਟ ਆ, ਦਿਨ ਘੱਟ ਵਾ। ਅੱਜ 27 ਤਰੀਕ ਹੋ ਗਈ ਆ ਅਤੇ ਕੱਲ੍ਹ 28 ਹੋ ਜਾਣੀ ਆ, ਅਤੇ 31 ਤੱਕ ਅਸੀਂ ਪਹੁੰਚਣਾ ਕਰਿਆ। ਅਜੇ ਵਾਇਆ ਆਪਾਂ ਮਨਾਲੀ ਜਾਣਾ ਵਾ, ਅਤੇ ਬਾਕੀ ਜਾ ਆਪਣਾ ਲੁਧਿਆਣੇ ਤੋਂ ਜੰਮੂ, ਜੰਮੂ ਤੋਂ ਕਸ਼ਮੀਰ, ਕਸ਼ਮੀਰ ਤੋਂ ਕਾਰਗਿਲ, ਅਤੇ ਫਿਰ ਆਪਾਂ ਲੇਹ ਪਹੁੰਚੇ ਹਾਂ। ਅਤੇ ਇਹ ਵਾਲਾ ਰੂਟ ਆਪਾਂ ਦੇਖ ਲਿਆ, ਹੁਣ ਆਪਾਂ ਜਾਵਾਂਗੇ ਇੱਧਰੋਂ ਮਨਾਲੀ ਵੱਲੋਂ। ਮਨਾਲੀ ਵਾਲਾ ਵੀ ਰੂਟ ਤੁਹਾਨੂੰ ਦਿਖਾਵਾਂਗੇ, ਵਲੋਗ ਨਾਲ ਜ਼ਰੂਰ ਬਣੇ ਰਹੋ, ਅਗਲੇ ਵਲੋਗ ਤੁਸੀਂ ਜ਼ਰੂਰ ਵੇਖਿਓ। ਅਤੇ ਬਾਕੀ ਖਾਰਦੁੰਗਲਾ ਜਾਣਾ ਨਹੀਂ ਜਾਣਾ ਸਵੇਰੇ ਪਤਾ ਲੱਗਣਾ ਵਾ। ਅਤੇ ਹੁਣ ਆਪਾਂ ਵਲੋਗ ਇੱਥੇ ਐਂਡ ਕਰਦੇ ਹਾਂ, ਜੋ ਵੀ ਮਾੜਾ ਲੱਗਾ ਚੰਗਾ ਲੱਗਾ ਜ਼ਰੂਰ ਦੱਸਿਓ ਵਲੋਗ ਵਿੱਚ। ਅਤੇ ਹੁਣ ਲਈ ਗੁੱਡ ਨਾਈਟ, ਬਾਏ ਬਾਏ, ਟੇਕ ਕੇਅਰ। ਬਾਏ ਬਾਏ। ਥੋੜ੍ਹੀ ਆਕਸੀਜਨ ਦੀ ਕਮੀ ਹੋ ਰਹੀ ਹੁਣ।